ਇਹ ਅੰਦਾਜ਼ ਨਾਲ ਬਾਬਾ ਜੀ ਅੱਲਾ ਖਾਲੀ ਵਲੈਂਦਾ ਨਹੀਂ, ਇਹ ਅੰਦਾਜ਼ ਨਾਲ ਅੱਲਾ ਖਾਲੀ ਕਿਉਂ ਨਹੀਂ ਮਿਲੈਂਦਾ, ਇਹ ਅੰਦਾਜ਼ ਨਾਲ ਦੁਆ ਮੰਗੀਏ ਹੁਸੈਨ ਦੀ ਜ਼ਖਮੀ ਧੀ ਜੇ ਹਾਏ ਕਰੇ ਤਾਂ ਹੱਥ ਬੱਧੇ ਅੱਧੀ ਰਾਤ ਦਾ ਟਾਈਮ ਹੈ ਉੱਤੋਂ ਮੂੰਹ ਕਰਕੇ ਆਦੀ ਬੈਠੇ ਮੇਰਾ ਅੱਲਾ ਤੇ ਕੋ ਵਾਸਤੇ ਮੇਰੀ ਜ਼ਖਮੀ ਡਾਡੀ ਦਾ ਅੱਜ ਤਾਂ ਮੈਂ ਕੋ ਬਾਬਾ ਮਿਲਾ ਚ ਇਤਨਾ ਦੁੱਖ ਵਹਿਣ ਕੀਤੇ ਜੋ ਸ਼ਾਮ ਦੀ ਨਗਰੀ ਹਲ ਗਈ, ਇਹ ਕੁੱਤੇ ਦਾ ਤਖਤ ਹਲ ਗਿਆ, ਇਹ ਬਿਸਤਰ ਤੜਪ ਕੇ ਉੱਠੇ, ਸਿਪਾਹੀ ਵਾਲੇ ਪਾਸੇ ਇਸ਼ਾਰਾ ਕਰਕੇ ਆਦੇ ਕਿਆਮਤ ਆ ਗਈ, ਆਦੇ ਕਿਆਮਤ ਦੂਰ ਹੈ, ਆਦੇ ਨਗਰੀ ਕਿਉਂ ਹਲੀ, ਆਦੇ ਵੀ ਮੈਂ ਨਾ ਜਾਣਦਾ ਸਾਹਮਣੇ ਲੈ ਜ਼ਿੰਦਾਨ ਚੋਂ ਕਹੀਂ ਬੱਚੀ ਤੇ ਰੋਵਣ ਦੀ ਆਵਾਜ਼, ਆਦੇ ਜਲਦੀ ਕਰੋ ਸਜਾਦ ਕੋ ਸਾਡੋ ਮੇਰੇ ਇਮਾਮ ਸਾਹਮਣੇ ਆਖਣੇ ਲੱਭ ਸੁਣੇ ਦਾ ਪਿਆ ਇਹ ਦਾ ਸਵਾਲ ਸੁਣਨੇ ਮੇਰੇ ਇਮਾਮ ਦਾ ਜਵਾਬ ਸੁਣਨਾ, ਇਹ ਕੁੱਤਾ ਸਵਾਲ ਕਰਕੇ ਆਦੇ ਸਜਾਦ ਇਹ ਕੌਣ ਰੋਂਦੀ ਕਿਆ ਕਿਸ ਇਹ ਬਈ ਜਾਨ ਕੌਣ ਰੋਂਦੀ ਏ ਸਈਅ ਠੱਡਾ ਸਾਹਿਬ ਰੱਖਿਆ ਦੇ ਕਮੀ ਨਾ ਕੋਈ ਕਰਾਉਂਦੀ ਉਹ ਵੀ ਰੋਂਦੀ ਏ ਜਿਹਦਾ ਜੀਂਦਾ ਹਾਥ ਤੇ ਲਾਸ਼ ਤੇ ਘੋੜੇ ਭੱਜ ਗਏ, ਉਹ ਵੀ ਰੋਂਦੀ ਏ ਜਿਹੜੀ ਬੁਰਕੇ ਚ ਪਲੈਂਦੀ ਰਹੀ ਤੇ ਬਰਛੀ ਖਾ ਗਈ, ਉਹ ਵੀ ਰੋਂਦੀ ਏ ਜਿਹਦਾ 6 ਮਹੀਨਿਆਂ ਦਾ ਹਾਥ ਤੇ 3 ਦਫ਼ਾ ਕੁੱਠੇ ਨੇ ਵੀ ਆ ਕੋਈ ਹਾਏ ਕਰੇ ਨਾ ਕਰੇ ਜਿਹੜੇ ਭੈਣ ਵਾਲੇ ਬਿਰਾ ਬੈਠੇ ਤੁਸੀਂ ਹਾਏ ਕਰ ਛੁੜੇ, ਯਾਦ ਰੋਂਦੀਆਂ ਸਾਰੀਆਂ ਜਿਹੜੀ ਬਾਬਾ ਬਾਬਾ ਕਰਕੇ ਰੋਂਦੀ ਹੈ ਕਦੀ ਕਿਆ ਲੱਗਦੀ ਹੈ ਸਈਅ ਠੱਡਾ ਸਾਹਿਬ ਵਾਰ ਕਿਆ ਦੇ ਮੈਂ ਗਰੀਬ ਦੀ ਭੇਣ ਆਦੇ ਭੇਣ ਕੋ ਚੁੱਪ ਕਰਾਂ ਨਾ ਤਸਾ ਕੋ ਚੁੱਪ ਕਰਾਉਣ ਦੀ ਡਾਂ ਦੀ ਸਈਅਦਾ ਦੇ ਕਮੀ ਨਾ ਹਯਾ ਕਰ ਅੱਗੇ ਮੇਰੀ ਭੇਣ ਜ਼ਖਮੀ ਹੈ ਇੱਕ ਮੇਰੀ ਮਨ ਕਿਹੜੀ ਮਨਵੇ ਨੇ ਮੇਰੇ ਪਿਓ ਦਾ ਸਰ ਮੈਂ ਕੁੜੇ ਅੱਜ ਦੇ ਬਾਅਦ ਮੇਰੀ ਭੇਣ ਨਾ ਰੋਸ ਯਾਦੇ ਕਿਵੇਂ ਨਰੋ ਸੀ ਸੈਯਦਾ ਦੇ ਵੱਤ ਹੋ ਸੀ ਤਰੋ ਸੀ ਜ਼ਿੰਦਾਨ ਦੇ ਦਰਵਾਜ਼ੇ ਤੇ ਮੇਰਾ ਇਮਾਮ ਅਦੇ ਤੇ ਰੁਕ ਵੰਜ ਮੈਂ ਪਹਿਲੇ ਆਪਣੀ ਭੇਣ ਕੋ ਇਤਲਾ ਦੇਵਾਂ ਉੱਥੇ ਜਿੱਥੇ ਹੁਸੈਨ ਦੀ ਜੀ ਮਿੱਟੀ ਤੇ ਸੁੱਤੀ ਪਈ ਰਾਤ ਵਧੀ ਹੋਈ ਮਸੋਮਾ ਮਸੋਮਾ ਮੇਰੀ ਜ਼ਖਮੀ ਭੈਣ ਮੇਰੀ ਦੁਖੀ ਭੈਣ ਨਿਤ ਕਿਹੜੀ ਦੁਆ ਮੰਗਦੀ ਆਵੇ ਅੱਜ ਇਹ ਸਜਾਦ ਮੈਂ ਬਾਬੇ ਵਾਸਤੇ ਬਹੁਤ ਪਰੇਸ਼ਾਨ ਹਾਂ ਮੈਂ ਬਾਬੇ ਵਾਸਤੇ ਬੜੀ ਮੋਂਝੀ ਹਾਂ ਸਜਾਦ ਅਦੇ ਚ ਰੋ ਨਹੀਂ ਨਾ ਤੇਰੀ ਦੁਆ ਕਬੂਲ ਹੋ ਗਈ ਤੇ ਕੋ ਬਾਬਾ ਮਿਲਣ ਆ ਗਿਆ ਇਤਨੀ ਉਦਾਸੀ ਪਿਓ ਵਾਸਤੇ ਤਲਬ ਕਿਉਂ ਉੱਠੀ ਹੈ ਕਿੱਥੇ ਹੈ ਬਾਬਾ ਕਿੱਥੇ ਹੈ ਬਾਬਾ ਕਿੱਥੇ ਹੈ ਬਾਬਾ ਸਜਾਦ ਦੀ ਰਤ ਵਧੀ ਭੇਣ ਵਾਲੇ ਪਾਸੇ ਦੇਖ ਕੇ ਆਦੇ ਹੌਸਲਾ ਕਰ ਹੌਸਲਾ ਕਰ ਬਾਬੇ ਕੋ ਬਾਅਦ ਵਿੱਚ ਮਿਲੇ ਪਹਿਲੇ ਫੁੱਫੀਆਂ ਕੋ ਮਿਲ ਗਏ ਜਿੰਨਾ ਸਮਝੇ ਉਹਨਾਂ ਦੀ ਢਾਹ ਨਿਕਲ ਗਈ ਭਲਾ ਇਮਾਮਤ ਵਾਲੀ ਜ਼ੁਬਾਨ ਸਮਝੀ ਸਮਝ ਗਈ ਮੇਰਾ ਆਖਰੀ ਸਲਾਮ ਹੈ ਬਾਬਾ ਜੀ ਹੱਕ ਬਣਦਾ ਹੀ ਕਿ ਪਰਦਾਦਾਰ ਕੋ ਗੱਲ ਆਵੇ ਇੱਕ ਇੱਕ ਪਰਦਾਦਾਰ ਕੋ ਗੱਲ ਨਹੀਂ ਸੀ ਲਾਇਆ ਇਹ ਪਰਦਾਦਾਰਾਂ ਦੇ ਸਾਹਮਣੇ ਆਖੜੀ ਮੇਰੇ ਸਤਰਾਂ ਨਹੀਂ ਦਰਜਾਤ ਬੁਲੰਦ ਮੇਰੇ ਮੇਰੇ ਚਾਚੇ ਮੁਹੰਮਦ ਅਲੀ ਖਾਨ ਬਲੋਚ ਦੇ ਇਹ ਉਹਨਾਂ ਦੀਆਂ ਸਤਰਾਂ ਉਹ ਪੜਦੇ ਰਹਿੰਦੇ ਬੱਧੇ ਹੱਥ ਮੱਥੇ ਤਰਾ ਕੇ ਦੀਮੇ ਦੀਮੇ ਲੈ ਜੇ ਨਾਲ ਖੜੀ ਆਦੀ ਹੈ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਫੁੱਫੀਆਂ ਮੇਰੇ ਪਿਓ ਦੀਆਂ ਦਾਇਆਂ ਲੰਬਾ ਸਫ਼ਰ ਹੈ ਅਗਰ ਮੇਰੀ ਵਜ੍ਹਾ ਤੋਂ ਕਹੇ ਕੋ ਤਕਲੀਫ਼ ਪਹੁੰਚੀ ਹੋਵੇ ਤਾਂ ਮੈਂ ਯਤੀਮ ਮਾਫ਼ੀ ਮੰਗਣੀ ਇੱਕੋ ਸਲਾਮ ਕਰਕੇ ਆਦੇ ਘੇਨਾ ਬਾਬੇ ਦਾ ਸਰ ਮੈਂ ਬਿਲਕੁਲ ਵਹਿਣ ਦੇ ਕਰੀ ਬਾਬ ਇਹ ਤਰੀਕੇ ਨਾਲ ਮੇਰੇ ਇਮਾਮ ਪਿਓ ਦਾ ਸਰ ਚੱਕ ਇਸ ਤਰੀਕੇ ਨਾਲ ਇਸ ਪਿੰਡਾਲ ਨੇ ਵੀ ਸਾਡੇ ਸੁਣੀ ਬਿਰਾ ਵੀ ਬੈਠਣ ਬਾਬਾ ਜੀ ਹਮੇਸ਼ਾ ਇੱਕ ਸਾਰੇ ਤੇ ਸਵਾਲ ਕਰਨ ਮੁਹਰਮ ਮੁਕੀਆ ਜੇਲਾ ਮੁਕੀਆ ਰਬੀ ਲਵਲ ਖਤਮ ਤੁਣੀ ਈਦ ਅਲਦੀ ਹੋਏ ਤੁਸਾਂ ਸ਼ੀਆ ਮਿੱਟੀ ਤੇ ਬੈਠ ਕੇ ਰਹੋਗੇ ਮੇਰਾ ਸੁਣੀ ਮੇਰਾ ਮੈਂ ਜ਼ਾਤ ਦਾ ਸੈਦ ਹਾਂ ਇਹ ਮੇਰੇ 3 ਸਵਾਲ ਨੇ ਮੇਰੇ ਸੁਣ ਚਾ ਸਮਝ ਚਾ ਅੱਜ ਦੇ ਬਾਅਦ ਤੇ ਕੋ ਆਜ਼ਾਦਾਰਾਂ ਦੇ ਬੱਚਿਆਂ ਕਰਨ ਨੂੰ ਪੁੱਛਣਾ ਪੋਸੀ ਅਸਾਂ ਸ਼ੀਆ ਰੋਂਦੇ ਕਿਉਂ ਹਾਂ ਆਜ਼ਾਦਾਰ ਫਕਤ ਹੈ ਕਰੇ ਸਰ ਮੇਰਾ ਸੁਣੀ ਮੇਰਾ ਮੇਰਾ ਪਹਿਲਾ ਸਵਾਲ ਹੈ ਜਿਹੜਾ ਚਈ ਖੜੇ ਇਹ ਪੁੱਤਰੇ ਮੇਰਾ ਸੁਣੀ ਮੇਰਾ ਮੇਰਾ ਦੂਜਾ ਸਵਾਲ ਹੈ ਜੇ ਕੋ ਚਈ ਖੜੇ ਇਹ ਪਿਓ ਹੈ ਮੇਰਾ ਸੁਣੀ ਮੇਰਾ ਮੇਰਾ ਤੀਜਾ ਸਵਾਲ ਹੈ ਜੇ ਕੋ ਮਿਲਾਵਣ ਗਿੱਧੀ ਵੈਂਦੇ ਉਹ ਧੀ ਹੈ
سارے ہائے کرو تے میں نال ایک دفعہ بول بھی صحیح میں 17 تا پوری آنکھ سان جڑا چائی کھڑے پتر جے کو چائی کھڑے پیو جے کو ملاون گدی ویندے دی میرا سنی برا میں کو غازی سرکار دے علم دی قسم ہے جے کو چائی کھڑے اوندیاں رگاں چ خونے جیڑا چائی کھڑے اوندیاں اکھاں چ خونے تے کو حسین دی دھی دے دکھاں دا واسطے جتنی اونچی ہائے کر سکدے اتنی اونچی ہائے کرے جے کو ملاون گدی ویندے اوندیاں کناں چ خونے شامل کوئی سوال سوال کرے تسا خالی نہیں سید تھی کہ ہاتھ بدے اگر پہلے وین تے رونا اتنی ہے کریں تیری ہے دی آواز قریب والا مومن سن گیا ہے کرن نال بندے تھکدے نہیں ہائے او کرن دے جندا دل دکھدے باو جی پہلا قدم زندان دے اندر کس رات ود پئی ہے ہائے ہائے مزوم جاگ بابا ملن ائی بابے دا نام ہے بی بی مٹی دے سمن لگئی سجاد جن راو نتی میں دا بابے دا سار میرے سینے تے رکھ سجاد دے مدد دے بعد بابا ملنائی حق بندا پیو دا اٹھی کے استغفار کرے آدھے سجاد جدا مدینے وزدے آزے بابا سفر ونیا میں دروازے دے کھڑا بابا واپس ولیا میں کوہان دے نال آویا میں نہ منہ چومیا آکے میری دی میں ڈاڈا تک پیا میرے سینے دسا میری تکان دور دی دیا آدھے بابے کو آدھیا مدینے تو تک بولا میں شام وچ میں تک بھیا او میں کو مٹیا تے نیندر نہیں آندی میں کو شام دی گرمی کھا گئی ہے بدلانا بدلانا جوانی ہے جوانی ہے جو شام دی نگری ہل گئی ہے پہلا وین کر گیا دی اکی با جتے کو مارے وہ پورے رحمے کو مارے تو جب وین کر گیا دی اکی با دریا بھیڑا رول گئی ہے اکبر جاگیر بابا میں خوش میرتا
ਰਾਜ਼ੀ ਹੋ ਗਈ ਹਸਲੇ ਨਾਲ ਬਸ ਖਤਮ ਹਸਲੇ ਨਾਲ ਹੱਥ ਨਾ ਬਣੋ ਮੈਂ ਤੁਰ ਨੌਕਰ ਖਤਮ ਤੁਰ ਗਈ ਹੁਸੈਨ ਦੀ ਧੀ ਦੁਨੀਆ ਤੋਂ ਬਾਬਾ ਜੀ ਗੁੱਸਲ ਮਿਲਾ ਇੱਥੇ ਇੰਤਜ਼ਾਰ ਪਿਆ ਮੁਕੇ ਨੂੰ ਆਪਣੀ ਕੱਛੀ ਦੇ ਰੰਗ ਜੇ ਸਾਡੇ ਕੱਛੀ ਦੇ ਬਜ਼ੁਰਗ ਆਕੇ ਪੜਦੇ ਹਿਕਮੇਣ ਕਰਕੇ ਮਿੰਬਰ ਪਿਆ ਛੁੜੇ ਨਾ ਇੱਥੇ ਇਮਾਮੇ ਸਜਾਦ ਦਾ ਫਰਮਾਨ ਸੁਣੇ ਨਾ ਜਵਾਨੋ ਇਮਾਮੇ ਸਜਾਦ ਦਾ ਫਰਮਾਨ ਹੈ ਜਿਹੜਾ ਸਾਡੇ ਮਨਾਂ ਨਾਲ ਕਦੀ ਭੁੱਲ ਕੇ ਸ਼ਰਾਬ ਨਾ ਪੀਜੀ ਸਯਦਾ ਦੇ ਸ਼ਰਾਬ ਦੀ ਵਜ੍ਹਾ ਤੋਂ ਚਾਰ ਘੰਟੇ ਮੈਂ ਭੇਣ ਦੇ ਗੁੱਸਲ ਵਾਸਤੇ ਪਾਣੀ ਮੰਗਦਾ ਰਿਹਾ ਉਹ ਜਦੋਂ ਮੈਂ ਪਾਣੀ ਮੰਗਿਆ ਹਰਾਮੀ ਸ਼ਰਾਬ ਪੀਂਦਾ ਮੈਂ ਪਿਉ ਦਾ ਮੋਹ
خبر تھی لہو بن کے ہمیشہ کے لیے، کیا خبر تھی لہو بن کے ہمیشہ کے لیے، شام سجاد کی آنکھوں میں ٹھہر جائے گی۔ اور کروٹ بدلتی تھی تو دکھ جاتے تھے کان، کروٹ بدلتی تھی تو دکھ جاتے تھے کان، جب تلک زندہ رہی سونے سے گھبراتی رہی معصومہ۔ جزاک اللہ ماشاء اللہ۔ یہ تھے بہر المصائب سید مرتضیٰ عاشق شاہ صاحب، مالک سایہ سلامت رکھے۔ قبل اس کے